ਪੰਜਾਬੀ ਏਕਤ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦੀਆਂ ਵੱਡੀਆਂ ਖਬਰਾਂ। ਟਰਾਂਸਪੋਰਟਰਾਂ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਲਿਆ ਇਤਿਹਾਸਿਕ ਫੈਸਲਾ। ਟਰਾਂਸਪੋਰਟਰਾਂ ਨੂੰ ਟੈਕਸ ਭਰਨ ਲਈ ਛੋਟ ਮੌਜੂਦਾ 4 ਦਿਨਾਂ ਤੋਂ ਵਧਾ ਕੇ 6 ਦਿਨ ਪ੍ਰਤੀ ਮਹੀਨਾ ਕਰਨ ਦਾ ਕੀਤਾ ਵੱਡਾ ਐਲਾਨ। ਅੱਜ ਪੰਜਾਬ ਦੇ ਇਹਨਾਂ ਲੋਕਾਂ ਤੇ ਹੋਵੇਗੀ ਕਾਰਵਾਈ। ਬਿਨਾਂ ਹਾਈ ਸਿਕਿਉਰਿਟੀ ਨੰਬਰ ਪਲੇਟਾਂ ਵਾਲੇ ਵਾਹਨਾਂ ਦੇ ਕੀਤੇ ਜਾਣਗੇ ਚਲਾਣ। ਗਲਤ ਵੇਰਵੇ ਦੇ ਕੇ ਰਾਸ਼ਨ ਕਾਰਡ ਬਣਾਉਣ ਵਾਲਿਆਂ ਖਿਲਾਫ਼ ਸਰਕਾਰ ਦਾ ਸਖ਼ਤ ਐਕਸ਼ਨ। ਪੰਜਾਬ ਸਰਕਾਰ ਨੇ ਸੂਬੇ ਵਿੱਚੋਂ ਸਮਾਰਟ ਰਾਸ਼ਨ ਕਾਰਡ ਸਕੀਮ ਦੇ 2.86 ਲੱਖ ਰਾਸ਼ਨ ਕਾਰਡ ਕੀਤੇ ਰੱਦ ਅਤੇ ਨਾਲ ਹੀ ਸੂਬੇ ਵਿੱਚ ਵਾਢੇ ਤੋਂ ਸਾਰਿਆਂ ਦੇ ਨਵੇਂ ਰਾਸ਼ਨ ਕਾਰਡ ਬਣਾਉਣ ਦਾ ਲਿਆ ਫੈਸਲਾ। ਪੰਜਾਬ ਦੀਆਂ ਇਹਨਾਂ ਔਰਤਾਂ ਨੂੰ ਮਾਣ। ਸਰਕਾਰ ਨੇ ਸੁਣਾਈ ਵੱਡੀ ਖੁਸ਼ਖਬਰੀ। ਪ੍ਰਧਾਨ ਮੰਤਰੀ ਵੰਦਨਾ ਯੋਜਨਾ ਦਾ ਮਿਲੇਗਾ ਲਾਭ। ਦੂਜੀ ਬੱਚੀ ਦੇ ਜਨਮ ਤੇ 6,000 ਰੁਪਏ ਦੀ ਮਿਲੇਗੀ ਵਿੱਤੀ ਮਦਦ। ਅੱਜ ਤੋਂ ਬਦਲ ਜਾਣਗੇ ਇਹ 5 ਵੱਡੇ ਨਿਯਮ। ਸਿੱਧਾ ਤੁਹਾਡੀ ਜੇਬ ਤੇ ਪਵੇਗਾ ਅਸਰ। ਪੰਜਾਬ ਵਿਜੀਲੈਂਸ ਦੀ ਵੱਡੀ ਕਾਰਵਾਈ। 50,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿੱਚ ਪਟਵਾਰੀ ਅਤੇ ਤਹਿਸੀਲਦਾਰ ਨੂੰ ਕੀਤਾ ਗ੍ਰਿਫ਼ਤਾਰ। ਪ੍ਰਤਾਪ ਸਿੰਘ ਬਾਜਵਾ ਨੇ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਤੇ ਲਾਇਆ ਦੋਸ਼। ਕਿਹਾ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਜਿਨਸੀ ਅਪਰਾਧੀ ਮੰਤਰੀ ਦਾ ਬੇਝਿਜਕ ਕਰ ਰਹੀ ਹੈ ਬਚਾਅ। ਪੰਜਾਬ 'ਚ ਇਹਨਾਂ ਥਾਵਾਂ ਤੇ ਪਵੇਗਾ ਮੀਂਹ ਤੇ ਚੱਲਣਗੀਆਂ ਤੇਜ਼ ਹਵਾਵਾਂ। ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ। ਟਰਾਂਸਪੋਰਟਰਾਂ ਨੂੰ ਰਾਹਤ ਦੇਣ ਦੇ ਮੰਤਵ ਨਾਲ ਇੱਕ ਇਤਿਹਾਸਿਕ ਫੈਸਲੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਰਾਂਸਪੋਰਟਰਾਂ ਨੂੰ ਟੈਕਸ ਭਰਨ ਲਈ ਛੋਟ ਮੌਜੂਦਾ 4 ਦਿਨਾਂ ਤੋਂ ਵਧਾ ਕੇ 6 ਦਿਨ ਪ੍ਰਤੀ ਮਹੀਨਾ ਕਰਨ ਦਾ ਐਲਾਨ ਕੀਤਾ ਹੈ। ਇਸ ਸੰਬੰਧੀ ਫੈਸਲਾ ਮੁੱਖ ਮੰਤਰੀ ਨੇ ਪੰਜਾਬ ਸਿਵਲ ਸਕੱਤਰੇਤ ਵਿਖੇ ਆਪਣੇ ਦਫ਼ਤਰ ਵਿੱਚ ਟਰਾਂਸਪੋਰਟ ਵਿਭਾਗ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਲਿਆ ਹੈ। ਵਿਚਾਰ ਵਟਾਂਦਰੇ ਵਿੱਚ ਹਿੱਸਾ ਲੈਂਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਟਰਾਂਸਪੋਰਟਰਾਂ ਨੂੰ ਸਿਰਫ 4 ਦਿਨ ਦਾ ਸਮਾਂ ਮਿਲਣ ਕਾਰਨ ਟੈਕਸ ਭਰਨ ਵਿੱਚ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹਨਾਂ ਨੇ ਕਿਹਾ ਕਿ ਜਨਤਾ ਦੇ ਵਡੇਰੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਸੂਬਾ ਸਰਕਾਰ ਨੇ ਹੁਣ ਟੈਕਸ ਭਰਨ ਦੀ ਛੋਟ ਮੌਜੂਦਾ 4 ਦਿਨਾਂ ਤੋਂ ਵਧਾ ਕੇ 6 ਦਿਨ ਕਰਨ ਦਾ ਫੈਸਲਾ ਕੀਤਾ ਹੈ। ਇਸ ਸੰਬੰਧੀ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਵੀ ਕੀਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਲਿਖਿਆ ਕਿ ਅੱਜ ਇੱਕ ਹੋਰ ਰਾਹਤ ਵਾਲਾ ਫੈਸਲਾ ਟਰਾਂਸਪੋਰਟ ਵਿਭਾਗ ਦੀ ਮੀਟਿੰਗ 'ਚ ਲਿਆ ਗਿਆ ਹੈ। ਹਰ ਮਹੀਨੇ ਪ੍ਰਾਈਵੇਟ ਓਪਰੇਟਰਾਂ ਨੂੰ ਟੈਕਸ ਭਰਨ ਲਈ ਟਰਾਂਸਪੋਰਟ ਵਿਭਾਗ ਵੱਲੋਂ 4 ਦਿਨ ਦੀ ਛੋਟ ਦਿੱਤੀ ਜਾਂਦੀ ਸੀ। ਅੱਜ ਵਿਭਾਗ ਦੇ ਅਧਿਕਾਰੀਆਂ ਨਾਲ ਵਿਚਾਰ ਵਟਾਂਦਰਿਆਂ ਤੋਂ ਬਾਅਦ ਅਸੀਂ 2 ਹੋਰ ਵਾਧੂ ਦਿਨ ਵਧਾਉਣ ਬਾਰੇ ਫੈਸਲਾ ਲਿਆ। ਹੁਣ ਹਰ ਮਹੀਨੇ ਓਪਰੇਟਰਾਂ ਨੂੰ 6 ਦਿਨ ਛੋਟ ਦੇ ਦਿੱਤੇ ਜਾਣਗੇ, ਜਿਸ ਦਾ ਫਾਇਦਾ ਲੋਕਾਂ ਨੂੰ ਵੀ ਮਿਲੇਗਾ। ਪੰਜਾਬ ਵਿੱਚ ਅੱਜ ਤੋਂ ਨਿਯਮ ਬਦਲ ਰਹੇ ਹਨ। ਵਾਹਨਾਂ ਤੇ ਹਾਈ ਸਿਕਿਉਰਿਟੀ ਨੰਬਰ ਪਲੇਟ ਨਾ ਲਗਾਉਣ ਵਾਲਿਆਂ ਤੇ ਪੈਨ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਨਾ ਕਰਵਾਉਣ ਵਾਲਿਆਂ ਨੂੰ ਭਾਰੀ ਭਰਕਮ ਜੁਰਮਾਨਾ ਭਰਨਾ ਪਵੇਗਾ। ਇਸ ਸੰਬੰਧੀ ਸਰਕਾਰ ਵੱਲੋਂ ਬਕਾਇਦਾ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਜੇਕਰ ਕੋਈ ਹੁਕਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਅੱਜ ਤੋਂ ਸੂਬੇ ਭਰ ਵਿੱਚ ਹਾਈ ਸਿਕਿਉਰਿਟੀ ਨੰਬਰ ਪਲੇਟ ਨਾ ਲਗਾਉਣ ਵਾਲੇ ਲੋਕਾਂ ਦੇ ਚਲਾਨ ਕੱਟੇ ਜਾਣਗੇ। ਟਰਾਂਸਪੋਰਟ ਵਿਭਾਗ ਵੱਲੋਂ ਇਸ ਬਾਬਤ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਸ ਦੀ ਡੈਡਲਾਈਨ 30 ਜੂਨ ਨੂੰ ਖਤਮ ਹੋ ਰਹੀ ਹੈ। ਇਸ ਤੋਂ ਬਾਅਦ 2,000 ਰੁਪਏ ਜੁਰਮਾਨਾ ਹੋਵੇਗਾ। ਪੰਜਾਬ ਵਿੱਚ ਭਗਵੰਤ ਮਾਨ ਦੀ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਸੂਬੇ ਵਿੱਚ ਹੇਰਾਫੇਰੀ ਕਰਕੇ ਅਤੇ ਗਲਤ ਵੇਰਵੇ ਦੇ ਕੇ ਰਾਸ਼ਨ ਕਾਰਡ ਬਣਵਾਉਣ ਵਾਲਿਆਂ ਖਿਲਾਫ਼ ਸਰਕਾਰ ਦਾ ਸਖ਼ਤ ਐਕਸ਼ਨ ਹੋਇਆ ਹੈ। ਪੰਜਾਬ ਸਰਕਾਰ ਨੇ ਸੂਬੇ ਭਰ ਵਿੱਚੋਂ ਸਮਾਰਟ ਰਾਸ਼ਨ ਕਾਰਡ ਸਕੀਮ ਦੇ 2.86 ਲੱਖ ਰਾਸ਼ਨ ਕਾਰਡ ਰੱਦ ਕਰ ਦਿੱਤੇ ਹਨ। ਸੂਤਰਾਂ ਮੁਤਾਬਿਕ ਭਗਵੰਤ ਮਾਨ ਦੀ ਸਰਕਾਰ ਸੂਬੇ ਵਿੱਚ ਵਾਢੇ ਤੋਂ ਸਾਰਿਆਂ ਦੇ ਨਵੇਂ ਰਾਸ਼ਨ ਕਾਰਡ ਬਣਾਉਣ ਦਾ ਜਲਦ ਫੈਸਲਾ ਲੈ ਸਕਦੀ ਹੈ ਤੇ ਇਸ ਸੰਬੰਧੀ ਐਲਾਨ ਵੀ ਸਰਕਾਰ ਵੱਲੋਂ ਜਲਦ ਕੀਤਾ ਜਾ ਸਕਦਾ ਹੈ। ਸੂਤਰਾਂ ਮੁਤਾਬਿਕ ਪੰਜਾਬ ਸਰਕਾਰ ਆਉਣ ਵਾਲੇ ਦਿਨਾਂ ਵਿੱਚ ਡੋਰ ਟੂ ਡੋਰ ਵੈਰੀਫਿਕੇਸ਼ਨ ਦੇ ਜ਼ਰੀਏ ਵੀ ਸਰਵੇਖਣ ਪ੍ਰਕਿਰਿਆ ਸ਼ੁਰੂ ਕਰ ਸਕਦੀ ਹੈ, ਜਿਸ ਤੋਂ ਬਾਅਦ ਨਵੇਂ ਰਾਸ਼ਨ ਕਾਰਡ ਬਣਾਉਣ ਦਾ ਸਰਕਾਰ ਫੈਸਲਾ ਲੈ ਸਕਦੀ ਹੈ। ਫਿਲਹਾਲ ਸਰਕਾਰ ਵੱਲੋਂ 2.86 ਲੱਖ ਰਾਸ਼ਨ ਕਾਰਡ ਰੱਦ ਕਰ ਦਿੱਤੇ ਗਏ ਹਨ। ਸਰਕਾਰ ਦਾ ਕਹਿਣਾ ਹੈ ਕਿ ਇਸ ਐਕਸ਼ਨ ਦਾ ਮੁੱਖ ਮਕਸਦ ਇਹ ਹੈ ਕਿ ਜੋ ਲੋਕ ਰਾਸ਼ਨ ਕਾਰਡ ਦੇ ਸਹੀ ਲਾਭਪਾਤਰੀ ਹਨ ਤੇ ਸ਼ਰਤਾਂ ਪੂਰੀਆਂ ਕਰਦੇ ਹਨ, ਸਿਰਫ ਉਹਨਾਂ ਤੱਕ ਹੀ ਸਹੀ ਲਾਭ ਪਹੁੰਚ ਸਕੇ। ਅਯੋਗ ਸ਼ਨਾਖਤ ਕੀਤੇ ਰਾਸ਼ਨ ਕਾਰਡਾਂ ਦੇ ਕਰੀਬ 14 ਲੱਖ ਲਾਭਪਾਤਰੀਆਂ ਨੂੰ ਹੁਣ ਮੁਫ਼ਤ ਅਨਾਜ ਮਿਲਣਾ ਬੰਦ ਹੋ ਗਿਆ ਹੈ। ਖੁਰਾਕ ਤੇ ਸਪਲਾਈ ਵਿਭਾਗ ਨੇ ਸਤੰਬਰ 2022 ਵਿੱਚ ਕਰੀਬ 40.68 ਲੱਖ ਰਾਸ਼ਨ ਕਾਰਡਾਂ ਦੀ ਪੜਤਾਲ ਦਾ ਕੰਮ ਸ਼ੁਰੂ ਕੀਤਾ ਸੀ। ਖੁਰਾਕ ਤੇ ਸਪਲਾਈ ਮੰਤਰੀ ਲਾਲ ਚੰਦ ਕਟਾਰੂ ਚੱਕ ਨੇ ਕਿਹਾ ਕਿ ਕਰੀਬ 93% ਪੜਤਾਲ ਦਾ ਕੰਮ ਖਤਮ ਹੋ ਚੁੱਕਾ ਹੈ ਤੇ ਹੁਣ ਤੱਕ ਸ਼ਨਾਖਤ ਕੀਤੇ ਯੋਗ ਰਾਸ਼ਨ ਕਾਰਡ ਰੱਦ ਕਰ ਦਿੱਤੇ ਗਏ ਹਨ, ਕਿਉਂਕਿ ਇਹ ਕਾਰਡ ਸ਼ਰਤਾਂ ਮੁਤਾਬਿਕ ਨਹੀਂ ਬਣੇ ਸਨ। ਕੱਲ੍ਹ ਜੂਨ ਦਾ ਮਹੀਨਾ ਖਤਮ ਹੋ ਗਿਆ ਸੀ ਅਤੇ ਅੱਜ ਤੋਂ ਹਰ ਵਾਰ ਦੀ ਤਰ੍ਹਾਂ ਕਈ ਵੱਡੇ ਬਦਲਾਅ ਹੋਣ ਜਾ ਰਹੇ ਹਨ। ਰਸੋਈ ਗੈਸ ਸਿਕਿਉਰਿਟੀ ਨੰਬਰ ਪਲੇਟਾਂ, ਕਮਰਸ਼ੀਅਲ ਗੈਸ CNG ਸਮੇਤ ਕਈ ਚੀਜ਼ਾਂ ਦੀਆਂ ਕੀਮਤਾਂ ਤੇ ਨਿਯਮਾਂ ਵਿੱਚ ਬਦਲਾਅ ਹੋਣ ਜਾ ਰਿਹਾ ਹੈ। 1 ਜੁਲਾਈ ਤੋਂ ਬਿਨਾਂ ਹਾਈ ਸਿਕਿਉਰਿਟੀ ਨੰਬਰ ਪਲੇਟਾਂ ਵਾਲੇ ਵਾਹਨਾਂ ਦੇ ਚਲਾਨ ਕੀਤੇ ਜਾਣਗੇ ਤੇ ਜੁਰਮਾਨਾ ਵੀ ਭਰਨਾ ਹੋਵੇਗਾ। ਅਜੇ ਵੀ ਕਈ ਲੋਕਾਂ ਨੇ ਹਾਈ ਸਿਕਿਉਰਿਟੀ ਨੰਬਰ ਪਲੇਟਾਂ ਨਹੀਂ ਲਗਾਈਆਂ ਹਨ। ਜੇਕਰ ਉਹ ਆਪਣੇ ਵਾਹਨਾਂ ਤੇ ਹਾਈ ਸਿਕਿਉਰਿਟੀ ਨੰਬਰ ਪਲੇਟ ਲਗਾਉਣਾ ਚਾਹੁੰਦੇ ਹਨ ਤਾਂ ਪਹਿਲਾਂ ਉਹਨਾਂ ਨੂੰ RC ਦੇ ਬੈਕਲੋਗ ਐਂਟਰੀ ਕਰਵਾਉਣੀ ਪਵੇਗੀ। RC ਬੈਕਲੋਗ ਐਂਟਰੀ ਲਈ ਵਾਹਨ ਮਾਲਕ ਨੂੰ ਵਾਹਨ ਟਰਾਂਸਪੋਰਟ ਵੈਬਸਾਈਟ ਤੇ ਵਾਹਨ ਦਾ ਬੀਮਾ, ਪ੍ਰਦੂਸ਼ਣ ਸਰਟੀਫਿਕੇਟ, ਆਧਾਰ ਕਾਰਡ, ਵਾਹਨ ਦਾ ਚੈਸੀ ਨੰਬਰ, ਇੰਜਨ ਨੰਬਰ ਆਨਲਾਈਨ ਅਪਲੋਡ ਕਰਨਾ ਹੋਵੇਗਾ।
ਜਿਸ ਤੋਂ ਬਾਅਦ ਉਹ ਵਾਹਨਾਂ ਦੀ ਉੱਚ ਸੁਰੱਖਿਆ ਨੰਬਰ ਪਲੇਟ ਲਈ ਆਨਲਾਈਨ ਅਪਲਾਈ ਕਰ ਸਕਦੇ ਹਨ। ਦੇਸ਼ ਦੀ ਸਰਕਾਰੀ ਤੇਲ ਕੰਪਨੀਆਂ ਵੱਲੋਂ ਰਸੋਈ ਗੈਸ ਦੀ ਕੀਮਤ ਵਿੱਚ ਬਦਲਾਅ। ਦੇਸ਼ ਦੀਆਂ ਸਰਕਾਰੀ ਤੇਲ ਕੰਪਨੀਆਂ ਵੱਲੋਂ ਹਰ ਮਹੀਨੇ ਐਲਪੀਜੀ ਗੈਸ ਦੀ ਕੀਮਤ ਤੈਅ ਜਾਂ ਸੋਧੀ ਜਾਂਦੀ ਹੈ। ਇਸ ਵਾਰ ਵੀ ਐਲਪੀਜੀ ਗੈਸ ਦੀ ਕੀਮਤ ਵਿੱਚ ਬਦਲਾਅ ਹੋਣ ਦੀ ਸੰਭਾਵਨਾ ਹੈ। ਮਈ ਅਤੇ ਅਪ੍ਰੈਲ ਦੌਰਾਨ 19 ਕਿਲੋ ਵਪਾਰਕ ਵਰਤੋਂ ਵਾਲੇ ਗੈਸ ਸਿਲੰਡਰ ਦੀ ਕੀਮਤ ਵਿੱਚ ਕਟੌਤੀ ਕੀਤੀ ਗਈ ਸੀ, ਪਰ 14 ਕਿਲੋਗ੍ਰਾਮ ਗੈਸ ਸਿਲੰਡਰ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਸੀ। ਇਸ ਕਾਰਨ ਇਸ ਵਾਰ ਐਲਪੀਜੀ ਦੀਆਂ ਕੀਮਤਾਂ ਘੱਟ ਹੋਣ ਦੀ ਸੰਭਾਵਨਾ ਹੈ। ਕ੍ਰੈਡਿਟ ਕਾਰਡ ਦੇ ਖਰਚਿਆਂ ਦੇ 20% TCS ਵਿਦੇਸ਼ਾਂ ਵਿੱਚ ਕ੍ਰੈਡਿਟ ਰਾਹੀਂ ਖਰਚ ਕਰਨ ਤੇ TCS ਲਾਗੂ ਕਰਨ ਦੀ ਵਿਵਸਥਾ ਹੈ, ਜੋ ਕਿ ਅੱਜ ਤੋਂ ਲਾਗੂ ਹੋਵੇਗੀ। ਇਸ ਤਹਿਤ 7 ਲੱਖ ਤੋਂ ਵੱਧ ਦੇ ਖਰਚੇ ਤੇ 20% ਤੱਕ ਦਾ TCS ਚਾਰਜ ਲੱਗੇਗਾ, ਪਰ ਸਿੱਖਿਆ ਤੇ ਮੈਡੀਕਲ ਲਈ ਇਹ ਚਾਰਜ ਘਟਾ ਕੇ 5% ਕਰ ਦਿੱਤਾ ਜਾਵੇਗਾ। CNG ਅਤੇ PNG ਦੀ ਕੀਮਤ ਵਿੱਚ ਬਦਲਾਅ ਹਰ ਮਹੀਨੇ ਦੀ ਤਰ੍ਹਾਂ ਇਸ ਮਹੀਨੇ ਵੀ CNG ਅਤੇ PNG ਦੀ ਕੀਮਤ ਵਿੱਚ ਬਦਲਾਅ ਹੋ ਸਕਦਾ ਹੈ। ਦਿੱਲੀ ਅਤੇ ਮੁੰਬਈ ਵਿੱਚ ਪੈਟਰੋਲੀਅਮ ਕੰਪਨੀਆਂ 1 ਤਰੀਕ ਨੂੰ ਗੈਸ ਦੀਆਂ ਕੀਮਤਾਂ ਵਿੱਚ ਬਦਲਾਅ ਕਰਦੀਆਂ ਹਨ। ਆਧਾਰ ਕਾਰਡ ਨੂੰ ਪੈਨ ਕਾਰਡ ਨਾਲ ਲਿੰਕ ਕਰਵਾਉਣ ਦਾ ਕੱਲ੍ਹ ਆਖਰੀ ਦਿਨ ਸੀ ਅਤੇ ਅੱਜ ਹੋਵੇਗਾ 1,000 ਰੁਪਏ ਦਾ ਚਲਾਨ। ਇਸ ਤੋਂ ਬਾਅਦ ਲੱਗੇਗਾ 10,000 ਰੁਪਏ ਦਾ ਜੁਰਮਾਨਾ। ਇਸ ਤੋਂ ਇਲਾਵਾ ਤੁਸੀਂ ਪੈਸੇ ਦਾ ਲੈਣ ਦੇਣ ਨਹੀਂ ਕਰ ਸਕੋਗੇ। ਦੱਸ ਦੇਈਏ ਫਿਲਹਾਲ ਤੁਸੀਂ 1,000 ਰੁਪਏ ਦਾ ਜੁਰਮਾਨਾ ਭਰ ਕੇ 30 ਜੂਨ 2023 ਤੱਕ ਆਧਾਰ ਪੈਨ ਕਾਰਡ ਨੂੰ ਲਿੰਕ ਕਰ ਸਕਦੇ। ਪੰਜਾਬ ਸਰਕਾਰ ਵੱਲੋਂ ਔਰਤਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਔਰਤਾਂ ਦੇ ਸਸ਼ਕਤੀਕਰਨ, ਸੁਰੱਖਿਆ ਤੇ ਤੰਦਰੁਸਤੀ ਲਈ ਵੱਖ ਵੱਖ ਨਿਯਮਾਂ ਚਲਾ ਰਹੀ ਹੈ। ਸਮਾਜੀ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਤਹਿਤ ਯੋਗ ਲਾਭਪਾਤਰੀ ਔਰਤਾਂ ਨੂੰ ਦੂਜੀ ਬੱਚੀ ਦੇ ਜਨਮ ਤੋਂ ਬਾਅਦ 6,000 ਰੁਪਏ ਦੀ ਇੱਕਮੁਸ਼ਤ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਇਸ ਸਕੀਮ ਤਹਿਤ ਗਰਭਵਤੀ ਔਰਤਾਂ ਦੇ ਦੁੱਧ ਚੁੰਘਾਉਣ ਵਾਲੀਆਂ ਮਾਵਾਂ ਨੂੰ ਪਹਿਲੇ ਬੱਚੇ ਦੇ ਜਨਮ ਲਈ 5,000 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਉਹਨਾਂ ਨੇ ਕਿਹਾ ਕਿ ਬੱਚੀ ਦੇ ਜਨਮ ਤੋਂ ਬਾਅਦ 6,000 ਰੁਪਏ ਦੀ ਵਿੱਤੀ ਸਹਾਇਤਾ ਦੇਣ ਨਾਲ ਬੱਚੀ ਦੇ ਜਨਮ ਸਮੇਂ ਘਟਦੇ ਲਿੰਗ ਅਨੁਪਾਤ ਵਿੱਚ ਸੁਧਾਰ ਹੋਵੇਗਾ। ਜਨਮ ਤੋਂ ਪਹਿਲਾਂ ਲਿੰਗ ਦੀ ਚੋਣ ਦੀ ਪ੍ਰਥਾ ਨੂੰ ਰੋਕਣ ਵਿੱਚ ਮਦਦ ਮਿਲੇਗੀ। ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ਵਿੱਚ ਸ਼ੁੱਕਰਵਾਰ ਨੂੰ ਦਿਨ ਦੀ ਸ਼ੁਰੂਆਤ ਬੱਦਲਾਂ ਨਾਲ ਹੋਈ, ਜਿਸ ਕਾਰਨ ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ਵਿੱਚ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਉੱਥੇ ਹੀ ਸ਼ੁੱਕਰਵਾਰ ਨੂੰ ਦੁਆਬੇ ਵਿੱਚ ਮਾਨਸੂਨ ਦੀ ਬਰਸਾਤ ਦੇਖਣ ਨੂੰ ਮਿਲੀ ਸੀ। ਮੌਸਮ ਵਿਭਾਗ ਨੇ ਦੁਆਬੇ ਵਿੱਚ ਮੀਂਹ ਦਾ ਅਲਰਟ ਜਾਰੀ ਕੀਤਾ ਸੀ ਅਤੇ ਹੁਣ ਮੌਸਮ ਵਿਭਾਗ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਪੰਜਾਬ ਵਿੱਚ ਮੌਨਸੂਨ ਜੁਲਾਈ ਦੇ ਅੱਧ ਤੱਕ ਸੁਸਤ ਰਹਿਣ ਵਾਲਾ ਹੈ। ਜੁਲਾਈ ਦੇ ਪਹਿਲੇ ਹਫ਼ਤੇ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਪੰਜਾਬ ਵਿੱਚ ਬਾਰਿਸ਼ ਹੋਵੇਗੀ ਪਰ ਆਮ ਨਾਲੋਂ ਘੱਟ ਹੋਵੇਗੀ। ਔਸਤਨ ਰੋਜ਼ਾਨਾ ਸਿਰਫ 4.5 mm ਹੀ ਬਾਰਿਸ਼ ਰਿਕਾਰਡ ਕੀਤੀ ਜਾਵੇਗੀ। ਇਸ ਦੇ ਨਾਲ ਹੀ ਜੁਲਾਈ ਦੇ ਦੂਜੇ ਹਫ਼ਤੇ ਵੀ ਆਮ ਨਾਲੋਂ ਘੱਟ ਮੀਂਹ ਪੈਣ ਦੀ ਸੰਭਾਵਨਾ ਹੈ, ਯਾਨੀ ਪੰਜਾਬ ਵਿੱਚ ਮੌਨਸੂਨ ਜੁਲਾਈ ਦੇ ਅੱਧ ਤੱਕ ਆਮ ਨਾਲੋਂ ਘੱਟ ਰਹਿਣ ਦੀ ਸੰਭਾਵਨਾ ਹੈ। ਸਰਕਾਰ ਦਾ ਤਾਂ ਇੱਕੋ ਮੰਤਵ ਸੀਗਾ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਵੀ ਜਿਹੜੀ ਗੁਰਬਾਣੀ ਹੈ ਸਰਬ ਸਾਂਝੀ ਗੁਰਬਾਣੀ ਹੈ, ਪੂਰੀ ਮਾਨਤਾ ਲਈ ਹੈ, ਪੂਰੇ ਵਿਸ਼ਵ ਦੇ ਲਈ ਹੈ, ਪੰਜਾਬੀਆਂ ਦੇ ਲਈ ਤਾਂ ਹੈ ਹੀ ਹੈ, ਪੂਰੇ ਵਿਸ਼ਵ ਭਰ ਦੇ ਲੋਕਾਂ ਦੇ ਲਈ ਹੈ। ਔਰ ਉਹਦਾ ਸਿਰਫ ਕਿਸੇ ਵੀ ਲੈਵਲ ਦੇ ਕਮਰਸ਼ੀਅਲ ਐਂਗਲ ਨਾਲ ਨਹੀਂ ਸੋਚਣਾ ਚਾਹੀਦਾ, ਕਿਉਂਕਿ ਗੁਰੂ ਮਹਾਰਾਜ ਨੇ ਤਾਂ ਸਾਨੂੰ ਬਖਸ਼ਿਸ਼ ਦਿੱਤੀ ਹੈ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ। ਸੋ ਇਹ ਤਾਂ ਜਿਹੜੀ ਗੁਰਬਾਣੀ ਸੀਗੀ ਉਹਦਾ ਤਾਂ ਕੋਈ SGPC ਨੂੰ ਨਾਲ ਆਉਣਾ ਚਾਹੀਦਾ ਸੀ ਇਸ ਸੰਬੰਧ ਦੇ ਵਿੱਚ, ਬਜਾਏ ਕਿ ਆਪਾਂ ਕਿਸੇ ਕਨਫਲੈਕਟ ਉਹਦੀ ਕੋਈ ਗੱਲ ਕਰੀਏ। ਸੋ ਮੇਰੀ ਤਾਂ ਬੇਨਤੀ SGPC ਨੂੰ ਵੀ ਇਹੀ ਹੈ ਵੀ ਆਪਾਂ ਸਾਰੇ ਰਲ ਮਿਲ ਕੇ ਕੰਮ ਕਰੀਏ। SGPC ਕਹਿ ਰਹੀ ਹੈ ਕਿ ਜਿਹੜੀ ਦਾੜੀ ਵਾਰੇ ਆ ਅਜਲਾਸ ਵਧਣਾ ਚਾਹੀਦਾ, SGPC ਕਹਿ ਰਹੀ। ਦੇਖੋ SGPC ਕਿਉਂਕਿ ਇੱਕ ਅਲੱਗ ਤੌਰ 'ਤੇ ਬਾਡੀ, ਉਹਨਾਂ ਦੀ ਧਾਰਮਿਕ ਜਥੇਬੰਦੀ ਦੇ ਤੌਰ 'ਤੇ ਕੰਮ ਵੀ ਕਰਦੀ ਹੈ। ਸੋ ਉਹਨਾਂ ਨੂੰ ਉਹ ਜੋ ਵੀ ਸਰਕਾਰ ਦਾ ਤਾਂ ਇੱਕੋ ਮਕਸਦ ਸੀਗਾ ਸਰਕਾਰ ਦਾ ਵੀ ਗੁਰਬਾਣੀ ਦਾ ਪ੍ਰਸਾਰਣ ਫਰੀ ਟੂ ਏਅਰ ਹੋਣਾ ਚਾਹੀਦਾ। ਸੇਮ ਉਸੇ ਤਰਜ਼ ਦੇ ਉੱਤੇ ਇਸ ਇਲਾਕੇ ਦੇ ਵਿੱਚ ਵੀ ਮੇਰੇ ਖਿਆਲ 60 ਤੋਂ 65 ਪਿੰਡਾਂ ਨੂੰ ਇਸ ਇਲਾਕੇ ਤੋਂ ਔਰ ਹਜ਼ਾਰਾਂ ਆਦਮੀਆਂ ਨੂੰ ਇਸ ਸਕੀਮ ਦਾ ਫਾਇਦਾ ਹੋਏਗਾ, ਕਿਉਂਕਿ ਇੱਥੇ ਆਰਸੈਨਿਕ ਜੈਸਾ ਹੈਵੀ ਮੈਟਲ ਪਾਇਆ ਗਿਆ ਔਰ ਜਿਹੜਾ ਸਾਡੀ ਸਿਹਤ ਲਈ ਹਾਨੀਕਾਰਕ ਹੈ। ਇਸ ਕਰਕੇ ਜਦੋਂ ਅਸੀਂ ਸਰਫੇਸ ਵਾਟਰ ਨੂੰ ਟ੍ਰੀਟ ਕਰਾਂਗੇ ਤਾਂ ਉਹ ਪਾਣੀ ਪੀਣ ਲਾਇਕ ਹੋਏਗਾ, ਵਧੀਆ ਕੁਆਲਿਟੀ ਦਾ ਹੋਏਗਾ। ਇਸ ਸੰਬੰਧ ਦੇ ਵਿੱਚ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਦਿਨ ਰਾਤ ਖੁਦ ਮੋਨੀਟਰਿੰਗ ਕਰਦੇ ਆ ਡਿਪਾਰਟਮੈਂਟਾਂ ਦੀ, ਜਿੱਦਾਂ ਕਿ ਫਜ਼ਿਲਕਾ 'ਚ ਅਸੀਂ ਗਏ ਸੀ, ਡਿਪਟੀ ਕਮਿਸ਼ਨਰ ਸਾਹਿਬ ਨੇ ਦੱਸਿਆ, ਮਾਨ ਸਾਹਿਬ ਨੇ ਇਕੱਲੇ ਪਿੰਡ ਦਾ ਨਾਂ ਜ਼ਬਾਨੀ ਜਾ ਸੀ ਮੁੱਖ ਮੰਤਰੀ ਜੀ ਨੂੰ, ਔਰ ਅਸੀਂ ਉਹਨਾਂ ਦੇ ਮੂੰਹ 'ਚੋਂ ਇਹ ਗੱਲ ਸੁਣਨ ਤੋਂ ਬਾਅਦ ਵੈਰੀ ਨੈਕਸਟ ਡੇ ਅਸੀਂ ਉਹਨਾਂ ਪਿੰਡਾਂ 'ਚ ਗਏ ਸੀ। ਉੱਥੇ RO ਲੱਗਿਓ ਸੀਗੇ, RO ਨੂੰ ਚਾਲੂ ਕਰਾ ਕੇ ਦੇਖਿਆ, ਕੋਈ ਐਸਾ RO ਤਾਂ ਨਹੀਂ ਜਿਹੜੇ ਬੰਦ ਹੈ, ਉਹਨਾਂ ਨੂੰ ਟ੍ਰੀਟਮੈਂਟ ਜਿਹੜੀ ਹੈ ਪੂਰੀ ਹੋਣੀ ਚਾਹੀਦੀ ਪਾਣੀ ਦੀ ਕੰਪਲੀਟ ਤੌਰ 'ਤੇ। ਸੋ ਇਹ ਪੰਜਾਬ ਸਰਕਾਰ ਦਾ ਉਪਰਾਲਾ ਹੈ। ਤਕਰੀਬਨ 2,000 ਕਰੋੜ ਰੁਪਏ ਦੇ ਪ੍ਰੋਜੈਕਟ ਜਿਹੜੇ ਇਸ ਵੇਲੇ ਸਰਕਾਰ ਦੇ ਚੱਲ ਰਹੇ ਆ ਸਰਫਸ ਵਾਟਰ ਦੇ, ਔਰ ਆਉਣ ਵਾਲੇ ਦਿਸ਼ਾ ਨਿਰਦੇਸ਼ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਦਿੱਤਾ, ਤਕਰੀਬਨ 4,500 ਕਰੋੜ ਰੁਪਏ ਦੇ ਪ੍ਰੋਜੈਕਟ ਜਿਹੜੇ ਹੈ ਸਰਕਾਰ ਨੇ ਵਰਲਡ ਬੈਂਕ ਨੂੰ, ਨਵਾਰਡ ਨੂੰ ਭੇਜੇ ਆ, ਔਰ ਜਲਦ ਜਿੱਦਾਂ ਜਿੱਦਾਂ ਉਹਨਾਂ ਦੀ ਫੰਡਿੰਗ ਹੋਏਗੀ ਹੋਰ ਪ੍ਰੋਜੈਕਟ ਵੀ ਪੂਰੇ ਪੰਜਾਬ 'ਚ ਸ਼ੁਰੂਆਤ ਉਹਨਾਂ ਦੀ ਹੋਏਗੀ। ਚਾਲੂ ਹੋ ਜਾਏਗਾ ਇਹ, ਮੈਂ ਬਿਲਕੁਲ ਅਧਿਕਾਰੀਆਂ ਨੂੰ
मंच से भी बुला के पूछा, उदा भी इन्हों रेगूलर मीटिंग करते हैं असी 10 to 15 दिनों बाद सारे जड़े है चाहे मेरे आके दफ्तर च आके अधिकारी दस दे भी असी कितने साडा काम कितना स्पीड अप है, कोई कंपनी डिले तो नहीं कर रही, जी क्वालिटी है प्रोजेक्ट की बिल्कुल ठीक है। इसी करके साढ़े इतने आने का मंतव ये है, इदा की स्कीम साढ़े अमृतसर अजनाले के इलाके चल रही थी मोगे च, ये सारे विजिट असी आप करी दे, इस करके करी दे भी इन्हों ऑफिसर साहबान और इलाके के लोग इस गल महसूस कर सरकार जी है लोगों के लिए ये योजनावान जल्द तो जल्द और अच्छी क्वालिटी उन्होंने तक पहुँचा चाहती है। सर एस जी पी सी जी यूट्यूब के फेसबुक चैनल खोलन जा रही है, सरकार ने पहला ही यह ऐलान कर चुका वो सहायता करेगी। देखो सर जतना सदका वो 17 साल तो जोड़ा पानी लोग वरत नहीं तो रहे, जोड़ा पानी साढ़े जिंद जान आ जड़िया पार्टियां दगमज मार दिया सन आख दिया सन भी असी किसानों के हतेसी हाँ, उन्होंने खेतों जाके कदे वेख्या नहीं सी, उन्होंने नहरी पानी दे नाल जो व्यवहार किया जो साडे किसानों तो दूर किया उहदे नाल साडियां हजारां ही समस्यावां खड़ियां होईयां जिहदे नाल धरती का पानी डूंघा हो गया, पावर बहुत वध खर्चन लग गई, पानी दे विच तत्तां दा भी हुंदा जिहना ते पानी बहुत ताकतवर पानी हुंदा। असी भगवंत मान जी दा ते विशेष तौर ते नाल ही असी साढ़े सकत्तर कृष्ण कुमार जी दा जिहड़े उन्हां दी टीम इत्थे साडे मुंडे अधिकारी आए ने उह दिन रात लगे रहिंदे ने, मैनूं पता भी जद्दी सरकार बणी आ घट्टो घट्ट मैं 50 मीटिंग इन्हां नाल कर रही हुंदी ते जिथे तुसीं देखदे हो इत्थे दी ही पाइप दब्बे जांदे ने, अंडरग्राउंड पानी होना सारयां दे, अगले सैशन तक थोड़े पाइप इस हल्के च साडे हल्के पास बाकी दे हो रहे ने वह भी हो जाएंगे। अज मैं समझदा भी किसानों लई एक ब्याह वर्गा माहौल आ, तो देखो किवें पिंड वालियां ने भंगड़े वाले मुंडे बुलाए ने, किवें लड्डू बन रहे ने, तो मैनूं इत्थे आ के बड़ी हैरानी हुई भी इन्हां ने वह ख्वाजे की पूजा भी करी आ जिहड़े साडे कहिंदे हुंदे सी ख्वाजा एक देवता एक पीर आ, भी जदों मैं असीं निक्के निक्के हुंदे सी तां असीं खूह ते मत्था टेकन जाया करते, अज दलनाल दे वासियां ने वह गुड़ वाले चौल कढ़ के ख्वाजे की भी पूजा करी है, तो मैं समझदा भी ये धरती माँ की भी पूजा पानी की पूजा हवा की पूजा जदों असी गुरबाणी का बहुत ही महान श्लोक उचारदे हाँ पावन गुरु पानी पिता माता धरत महत, अज वाकई भगवंत मान की सरकार उस गुरु नानक देव जी के संदेश अनुसार कम कर रही है। तुसी वेख रहे हो भी इत्थे कदे पहला नहरी पानी नहीं सी आया, ये पहली बार नहरी पानी आया ते अज सानू भी बहुत खुशी है। ऐसे गल करके देखो भगवंत मान जी ने टोले वाले पिंड च कहा सी कहिंदा मोटर खड़ा के रखिया करोगे तो चला नहीं होनी क्योंकि डुब जूगी वध पानी पाओगे, तो इहदे नाल डबल मोटर खड़ूगी कहां नू क्योंकि जदों इहदा पूरा पानी इन्हां नू मिल गया तो इहदे नाल उधर बिजली पूरी नाल पानी की समस्या ही चकती, तो पानी का लैवल भी उच्चा होएगा। तो अज असी दोबारा फिर पंजाब सरकार के साडे मुखी भगवंत मान जी अरविंद केजरीवाल जी का कोट कोट धन्यवाद करते हैं जिन्हां की रहनुमाई च MLA साहबान मंत्री साहबान साडे जल स्रोत मंत्री गुरमीत सिंह मीत हेयर जी जिहड़े कि बहुत मीटिंगा करदे आ, जिहड़े मैं सहूलतां पूरियां करनियां उस मैं डॉक्टर आइडेंटिफिकेशन का प्रोसैस सिरे ते लग गया आ, तो अगले 1.5-2 महीनों के काम मैं चालू कर देना, तो उस तो बाद सुल्तानपुर के लोगों को बाहर जाने की लोड़ नहीं पेगी। ये नाल नाल मैं दो चीज़ा होर दिमाग दे विच मेरे आई हैं इन्हां सेहत सहूलतों बैटर करन दे वास्ते। सुल्तानपुर तो PGI की मैं एक बस चालू करन लगा, जे इस बंदे नूं समस्या होएगी फ्री बस चलिया करूगी, इतों बंदा उत्थे जाऊगा अपना इलाज करा के ते वापस आ जाया करूगा। तो ये नाल नाल पिंडां वाले स्ट्रक्चर पर भी मैं एक बस का प्लैन कर लग्या ताकि डॉक्टर जिहड़ा होवे वो पिंडो पिंड जावे उत्थे लोकां दे टेस्ट होण ते उत्थे लोकां नूं सेवावां मिल सकण। सरकार ने मोहल्ला क्लिनिक तो खोले हुए हैं पिंड, पर सारे पता कि सीरियसनेस है नहीं,
जिहड़े लोग काम करने वाले सी उन्हां नूं भी कदे खब्बे मोहल्ला क्लिनिक पा देंदे कदे किते चल जांदे आ। सो सीरियसनैस बिल्कुल घट है। आ दो जिहड़े काम हैगे, एक इत्थों PGI दी मैं बस चालू करन लगा ते दूजा पिंडां दे विच एक प्रॉपर वैन बना के बस बना के डॉक्टर पिंडों पिंड चालू कर देने आ। अगले दोवां महीनियां च काम चालू कर देना। वेखो ये साडे इलाके दे विच हर साल समस्या आउंदी आ। फसल लोकां ने झोना बीजिया सी ओह मारिया गया, मक्की भी मारी गई। इस साल तो हैगी है कि पिछले मुआवजे नहीं लोगों को मिले। 21-22 का 10 करोड़ रुपये तो उत्ते का मुआवजा आया, जिहड़ा DCL वालों रिकमेंड होकर तहसीलदार वालों DC नूं रिकमेंड होकर उत्ते गया, वह नहीं आया अज तक। सो सरकार नूं सीरियसनैस जिमीदारां दे बारे जे आपां वाकई ध्यान रखदे आं अपने इलाकों का, तो जिहड़े फ्लड के पैसे आ वह प्रोवाइड करने चाहिए। इस स्मार्ट सिटी के पीण वाले सीवरेज का काम चालू हो गया, पीण वाले पानी का एक प्रोजेक्ट का काम अगले हफ्ते दे विच चालू हो जूगा पहले फेज का, ते 28 किलोमीटर वाला जिहड़ा प्रोजेक्ट है वह भी थल्ले अप्रूव होकर CLTC चले गया। अगले 10-15 दिनों दे विच उहदी भी अप्रूवल आ जानी चाहिए, तो अपने शहर के 100% पीण वाला पानी हो जाऊगा। देखो ये तो अलावा मैं दो प्रोजेक्टा ते काम कर रहा, एक जिहड़ी ब्यूटीफिकेशन हैगी आ शहीद ऊधम सिंह चौंक तो लैके बीर साहब के सामने हो के लोहियां वाली चुंगी तक, ये मैं सरकार को यह बेनती की है कि कंसल्टेंट अपॉइंट किया जाए जिहड़ा गाइड करे कि इहदी ब्यूटीफिकेशन किस तरीके दे नाल होनी आ। DC साहब ने आश्वासन दिता भी बहुत छेती अपॉइंट किया जाऊगा। दूसरा स्पोर्ट्स स्टेडियम बनाना 8 एकड़ जिहड़ी सीवरेज वाली थां वेली हो रही आ, स्पोर्ट्स स्टेडियम बनाया जाऊगा। तो मैं एक चीज़ करवानी तो कृपा बाबे नानक दी है, ये तो मैं ये चाहूँगा चाह रहा इस चीज़ पर काम कर रहा भी कोई स्पोर्ट इदा की ना हो जी उस स्टेडियम च ना हो, सुल्तानपुर के जिहड़ा यूथ आ उन्हों बाहर देखने की लोड़ ना पवे जदों खेडां वाली गल हो, चाहे वह स्विमिंग पूल हो, अज चाहे लॉन टेनिस कोर्ट हो, एक वधिया ए ग्रेड जिम जिथे 300 तो 400 बच्चे रोज़ जिम कर सकन एयर कंडीशन, तो ये नाल नाल इनडोर बास्केटबॉल, इनडोर अपने जे आप गल करिए बच्चे इतों RCF बैडमिंटन खेडन जाते हैं, बैडमिंटन कोर्ट होगा, ये वॉलीबॉल कोर्ट होगा, कबड्डी के मैट लगन गए, एस्ट्रोट्रफ हॉकी दी, इन सारिया चीज़ों का मेरा प्लैन है तो बहुत जोर लाया जा रहा है, तो मैं पूरा विश्वास है काम सिरे चलूगा।